कपूरथला में मॉडर्न जेल से सरकारी हॉस्पिटल में इलाज के लिए आए यूएपीए के आरोपी आतंकी को भगा ले जाने के मामले में जिला पुलिस ने अहम खुलासे किए हैं और आरोपियों के आतंकी मॉड्यूल से जुड़े होने की भी पुष्टि की है। इस बारे में जानकारी देते हुए एसएसपी वत्सला गुप्ता ने पुलिस लाइन कपूरथला में प्रेस कॉन्फ्रेंस करके मीडिया को जानकारी देते हुए कहा कि यूएपीए के आरोपी की देश विरोधी गतिविधियां भी रही है। उन्होंने बताया कि घटना के बाद खालिस्तानी संगठन केएलएफ ने कल की घटना की जिम्मेवारी लेते हुए दावा किया है कि उनके लोगों ने कपूरथला पुलिस पर हमला किया है। केएलएफ का यह दावा बिल्कुल बेबुनियाद है। हालांकि पूरा मामला एक टेरर मॉड्यूल का हिस्सा था जिसे जिला पुलिस ने सूझबूझ और बहादुरी से आकर नाकाम कर दिया। एसएसपी ने जहां बहादुर पुलिसकर्मियों की पीठ थपथपाई है, वहीं इस टेरर मॉड्यूल को बेनकाब करने के लिए जांच तेज करने का दावा किया है। ਅਡੇ ਸਿਵਲ ਹਸਪੀਟਲ ਦੇ ਵਿੱਚ ਇੱਕ ਅੰਡਰ ਟ੍ਰਾਇਲ ਪ੍ਰਿਜ਼ਨਰ ਹੈਗਾ ਜਸ਼ਨਪ੍ਰੀਤ ਏਲੀਆ ਜਸ਼ਨ ਜਿਹੜਾ ਤਰਨ ਤਾਰਨ ਦਾ ਰਹਿਣ ਵਾਲਾ ਹੈ ਔਰ ਇਹ ਆਪਣੀ ਜੇਲ੍ਹ ਕਪੂਰਥਲਾ ਜੇਲ੍ਹ ਦੇ ਵਿੱਚ ਕਈ ਮੁਕੱਦਮੇ ਮੇ ਸਜ਼ਾ ਯਾਫਤਾ ਹੈਗਾ ਔਰ ਕੁਛ ਮੇ ਅੰਡਰ ਟ੍ਰਾਇਲ ਪ੍ਰਿਜ਼ਨਰ ਹੈਗਾ ਇਹਨੂੰ ਸਾਡੀ ਕਪੂਰਥਲਾ ਜੇਲ੍ਹ ਦੀ ਟੀਮ ਮੈਡੀਕਲ ਕਰਾਉਣ ਵਾਸਤੇ ਲੈ ਕੇ ਆਈ ਸੀ ਕੋਈ ਇਹਨੂੰ ਸਰੀਰਕ ਪ੍ਰੋਬਲਮ ਇਹਨੇ ਦੱਸੀ ਸੀ ਜਿਹਦੇ ਕਰਕੇ ਇਹਨੂੰ ਰਿਕਮੈਂਡ ਕੀਤਾ ਗਿਆ ਸੀ ਹਸਪਤਾਲ ਜਦੋਂ ਇਹ ਹਸਪਤਾਲ ਆਇਆ ਉੱਥੋਂ ਕਰੀਬ 1 ਵਜੇ ਜਦੋਂ ਮੈਡੀਕਲ ਕਰਾ ਕੇ ਇਹ ਵਾਪਸ ਪੁਲਿਸ ਪਾਰਟੀ ਨੂੰ ਲੈ ਕੇ ਜਾ ਰਹੀ ਸੀ ਤਦ ਇੱਕ ਬੰਦਾ ਬਾਈਕ 'ਤੇ ਇਮੀਡੀਏਟਲੀ ਆ ਕੇ ਉਹਨੇ ਫਾਇਰਿੰਗ ਕੀਤੀ ਔਰ ਇਹਨੂੰ ਆਪਣੀ ਬਾਈਕ 'ਤੇ ਬਿਠਾ ਕੇ ਉੱਥੇ ਨਾ ਉਹਨਾਂ ਨੇ ਬਚਣ ਦੀ ਕੋਸ਼ਿਸ਼ ਕੀਤੀ ਔਰ ਜਾਂਦੇ ਜਾਂਦੇ ਇਹ ਹਵਾਈ ਦੀ ਫਾਇਰਿੰਗ ਵੀ ਕਰ ਰਹੇ ਸੀ ਤਦ ਸਾਡੀ ਪੁਲਿਸ ਪੀ ਸੀ ਆਰ ਪਾਰਟੀ ਜਿਹੜੀ ਹੋਸਪਿਟਲ ਦੇ ਵਿੱਚ ਤੈਨਾਤ ਰਹਿੰਦੀ ਉਹਨਾਂ ਨੇ ਬੜੀ ਦਲੇਰੀ ਨਾਲ ਇਹਨਾਂ ਨੂੰ ਚੇਸ ਕੀਤਾ ਇਟ ਵਾਜ਼ ਅ ਹੌਟ ਚੇਸ ਫਾਇਰਿੰਗ ਵੀ ਹੋਈ ਹੈ ਔਰ ਇਹਨਾਂ ਨੂੰ ਚੇਸ ਕਰਕੇ ਕਾਬੂ ਕੀਤਾ ਉਹਦੇ ਵਿੱਚ ਕਾਬੂ ਕਰਨ ਦੇ ਦੌਰਾਨ ਸਾਡੇ ਇੱਕ ਮੁਲਾਜ਼ਮ ਦੇ ਸਿਰ 'ਤੇ ਥੋੜ੍ਹੀ ਇੰਜਰੀ ਵੀ ਹੋਈ ਹੈ ਬਟ ਫਿਲਹਾਲ ਮੁਲਾਜ਼ਮ ਸਾਡਾ ਠੀਕ ਹੈ।